तलवाड़ा पुलिस ने किया जिसम फरोशी का पर्दाफाश। तलवाड़ा थाना के मुख अफसर SHO हर गुरदेव ने मीडिया नूं जानकारी दिंदे होए दस्या कि गुप्त जानकारी के आधार पर तलवाड़ा के डैम रोड होटल मून Q3 Food से जिसम फरोशी का धंधा पिछले लंबे समय तो चल रहा है। जदों असी अपनी पुलिस पार्टी समेत होटल से छापेमारी की तो होटल विचों कुछ औरतां अते मर्द एतराज़योग हालत विच मिले जिन्हां नूं गिरफ्तार करके तलवाड़ा दे पुलिस थाने लिआंदा गया अते दोषियों खिलाफ जो बनदी कार्रवाई की गई है। फिलहाल होटल दा मालक मौके ते फरार है पर होटल दे मालक नूं जल्दी ही गिरफ्तार करके उसते भी जो बनदी कार्रवाई है की जाएगी। मौके ते ही पुलिस वालों होटल नूं सील कर दिता गया है। लाइव पंजाब न्यूज़ दे पत्रकार सोनू थापर दी तलवाड़ा तो विशेष रिपोर्ट। ਮਾਨਯੋਗ SSP ਸਾਹਿਬ ਹੁਸ਼ਿਆਰਪੁਰ ਜੀ ਅਤੇ DSP ਦਸੂਬਾ ਜੀ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਸਾਨੂੰ ਕਾਮਯਾਬੀ ਮਿਲੀ ਹੈ। ਅੱਜ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਪ੍ਰਾਪਤ ਹੋਈ ਸੀ ਕਿ ਇੱਕ ਟੈਰਸ ਰੋਡ 'ਤੇ ਹੋਟਲਾ ਮੂਨ Q3 ਜਿਹਦੇ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਵਾ, ਜਿਸ 'ਤੇ ਅਸੀਂ ਅੱਜ ਆਪਣਾ ਇੱਕ ਮੁਲਾਜ਼ਮ ਜਿਹੜਾ ਸਿਵਲ ਵਰਦੀ ਦੇ ਵਿੱਚ ਭੇਜਿਆ ਸੀ ਉੱਥੇ ਬਤੌਰ ਗਾਹਕ ਬਣਾ ਕੇ। ਜਦੋਂ ਸਾਡੀ ਇਨਫੋਰਮੇਸ਼ਨ ਪੱਕੀ ਹੋ ਗਈ ਉਸ ਤੋਂ ਬਾਅਦ ਅਸੀਂ ਉੱਥੇ ਰੇਡ ਕੀਤਾ ਗਿਆ ਸੀ ਅਤੇ ਇਨਫੋਰਮੇਸ਼ਨ ਜਿਹੜੀ ਸੀ ਕਾਫੀ ਹੱਦ ਤੱਕ ਸੱਚੀ ਅਤੇ ਭਰੋਸੇਯੋਗ ਨਿਕਲਣ 'ਤੇ ਜਦੋਂ ਅਸੀਂ ਰੇਡ ਕੀਤਾ ਉੱਥੇ ਸਾਨੂੰ ਉੱਥੇ ਇਤਰਾਜ਼ਯੋਗ ਹਾਲਤ ਦੇ ਵਿੱਚ ਲੜਕੇ ਅਤੇ ਲੜਕੀਆਂ ਬਰਾਮਦ ਹੋਏ। ਉੱਥੇ ਸਾਰੇ ਬਾਲਕ ਹੈ ਜੀ, ਜਿਹਨੇ ਬਾਲਕ ਆ ਸਰ। ਦੇਖੋ ਜੀ, ਮੈਂ ਤਾਂ ਹੁਣ ਆਇਆ, ਬਾਕੀ ਇਹ ਵੀ ਪਤਾ ਲੱਗਿਆ ਥੋੜ੍ਹੇ ਕੁ ਦਿਨਾਂ ਤੋਂ ਇਹ ਵਪਾਰ ਚੱਲ ਰਿਹਾ ਉੱਥੇ ਜੀ। ਬਾਕੀ ਵੀ ਸਾਰਿਆਂ ਨੂੰ ਤਾੜਨਾ ਜੀ, ਜੇ ਕਿਤੇ ਹੋਰ ਵੀ ਕਿਸੇ ਹੋਟਲ ਦੇ ਵਿੱਚ ਕੋਈ ਇਹੋ ਜਿਹਾ ਕਾਰੋਬਾਰ ਚੱਲ ਰਿਹਾ ਤਾਂ ਜਲਦੀ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਏਗੀ ਜੀ। ਨਹੀਂ ਜੀ, ਕਈ ਵਿੱਚ ਐਂਟਰੀਆਂ ਦੇਖੀਆਂ ਵਿੱਚ ਐਂਟਰੀਆਂ ਨਹੀਂ ਹੈਗੀਆਂ। ਇਹ ਉਹਨਾਂ ਕੋਲ ਡੇਲੀ ਘੰਟੇ ਦੇ ਅਤੇ ਰਾਤ ਦੇ ਹਿਸਾਬ ਦੇ ਨਾਲ ਪੈਸੇ ਲੈ ਕੇ ਅਤੇ ਕਮਰੇ ਦੇ ਰਹੇ ਸੀ। ਉਹਨਾਂ ਨੇ ਪੱਕੇ ਤੌਰ ਦੇ ਉੱਤੇ ਦੋ ਲੜਕੇ ਉੱਥੇ ਰੱਖੇ ਆ, ਜਿਹੜਾ ਇੱਕ ਮਾਲਕ ਆ ਹੋਟਲ ਦਾ ਅਮਿਤ ਇਲੀ ਸਰਿੰਕੂ, ਉਹ ਉਸਨੇ ਅੱਗੇ ਦੋ ਲੜਕੇ ਰੱਖੇ ਜਿਹਨਾਂ ਕੋਲ ਡੇਲੀ ਦੇ ਤੌਰ ਦੇ ਉੱਤੇ ਗਾਂ ਇੱਕ ਲੜਕੀ ਦੋ ਲੜਕੀਆਂ ਵੀ ਰੱਖੀਆਂ ਜਿਹੜੀਆਂ ਉੱਥੇ ਲੋਕਾਂ ਨੂੰ ਆਪਣੇ ਗਾਹਕਾਂ ਨੂੰ ਲੜਕੀਆਂ ਸਪਲਾਈ ਕਰ ਰਹੀਆਂ ਸੀ। ਹਾਂਜੀ, ਪਰਚਾ ਦਰਜ ਹੋਇਆ ਜੀ। ਇਹ ਇਹਨਾਂ ਸਾਰੇ ਦੇ ਉੱਤੇ 3, 4, 5 ਇਮੋਰ ਟ੍ਰੈਫਿਕ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜੀ। ਨਹੀਂ, ਮਾਲਕ ਅਜੇ ਦੌੜਿਆ ਜੀ, ਉਹ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਜੀ। Thank you.